अखाड़ा बन दी इन डुब के मर जा रखी वर आप मिस्त्री कोई नी रखता जी मैं अपने हाथ पैर सीधा मिस्त्री मेनू मिनटा कर बिल्ला मिस्त्री मेनू सतारा मारी उस आख्या बहु मेरे वाग्या किता कर काम ते पैसे भी नकद देंदा ओ बंदे बुंदे एडे कोई नहीं हो एवे चाह चमका के नाल लै जांदे बाद च उन्हां दे पैसे रख लैंदे उन्हां तू नहीं उजाणदा ओ मैं जानना बड़ा चंगी तरह मैं जितनी बार भी उन्हां दे नाल गया मैनू पैसे डिजे लै आ मगल दे एक बंदा गलाया उंद को छे दिहाड़ियां लवा लई ने गरीब नु टोटल दित्ते ने 2300 2300 बनदा तू आप समझदार छे दिहाड़ियां दा ओ हो सी बंदा नलायक हड हराम जेड़े बंदे ने हड हरामी करनी ओ दिहाड़ियां करन दे विच जेड़े बंदे ने हड हरामी करनी उन अगले की पैसे देने चल मुंह ते छट्टा मार जल्दी नाल आई लै बा मां मार लेने दे आ कढे ना अगा टोर घरे ने जावना आ दी आंख च मिसाला डिगा ना उसे दी आंख मेरी टपदी खली है समान लियावन दी लेट हो गई है तो सा काम छुट्टी करा दी तो तू जरा मोहरा पकाई बैठी है ਛਟਰਿੰਗ ਦਾ ਸਮਾਨ ਉਹਨਾਂ ਲੱਭਿਆ ਕੋਈ ਠੇਕੇਦਾਰਾਂ ਨੂੰ ਉਹਨਾਂ ਆਖਿਆ ਜੀ ਅੱਧੀ ਛੁੱਟੀ ਕਰ ਲਓ ਕੋਈ 50 ਰੁਪਇਆ ਤਾਂ ਦੇ ਉਹਕੇ ਵਾਸਤੇ ਤਮਾਕੂ ਲਿਆਣਾ ਯਾਰ ਤੂੰ ਤਮਾਕੂ ਦੇ ਅੱਗੇ 50 ਰੁਪਇਆ ਲੈ ਲੈ ਆ ਜਿਹੜੀ ਡਹਿਣੀ ਆਣੀ ਨਾ ਦੀ ਰੰਨਾ ਫੂਤ ਫੂਰ ਕੀਤੀ ਖੋਤੀਆਂ ਤੁਹਾਨੂੰ ਪੈਸੇ ਪਹੁੰਚਾਓ ਪੈਸੇ ਪਹੁੰਚਾਓ ਕਰ ਪੈਸੇ ਉਹਨਾਂ ਦੇ ਘਰ ਦੇ ਆਵੀਏ ਉਹਦੇ ਵੀ ਗੱਲ ਲੈਂਦਾ ਪੈਸੇ ਪੁੱਤਰ ਤੂੰ ਮੈਨੂੰ ਪੈਸੇ ਦੇ ਮੈਂ ਧੋਕੇ ਤੂੰ ਤਰੋਟ ਆਈ ਖਲੀ ਓਏ ਅੱਮਾ ਹੁਣ ਤੂੰ 50 ਰੁਪਇਆ ਲੈਣਾ ਸਾਡੇ ਕੋਲ ਹੁੱਕੇ ਤੇ ਤਮਾਕੂ ਵਾਸਤੇ ਹੋਰ ਥੋੜੇ ਦੇ ਤਾਂ ਤੂੰ ਬਿਮਾਰ ਹੋ ਜਾਸੇ ਹੁੱਕਾ ਪੀ ਪੀ ਕੇ ਮੋਰ ਤੂੰ ਆਖ ਸੇ ਮੈਨੂੰ ਦਵਾਈ ਜੋਗੇ ਪੈਸੇ ਦਿਓ ਓਏ ਅੱਲਾ ਦੇ ਬੰਦੇ ਆ ਨਾ ਹੁੱਕਾ ਪੀਤਾ ਕਰ ਤੇ ਨਾ ਕੋਈ ਬਿਮਾਰੀ ਦਾ ਰਾਹ ਬਣਾ ਚਲੋ ਤਮਾਕੂ ਵਾਸਤੇ ਨਹੀਂ ਦਿੰਦੇ ਨੇ ਤੇ ਮੁੜ 50 ਰੁਪਇਆ ਫੱਕੀ ਵਾਸਤੇ ਦਿਓ ਚਾ ਮੈਂ ਤਾਂ ਕਬਜ਼ ਹੋਈ ਖਲੀ ਹੋਈ ਖਲੀ ਤੈਨੂੰ ਕਬਜ਼ ਆ ਭਾਗੋ ਕੋ ਲੱਗੇ ਤੇ ਹੁੱਕਾ ਛੇਕ ਲੈਨੇ ਲੱਗਾ ਜਾ ਕਰ ਜਾ ਕੇ ਦੋ ਸੂਟੇ ਬਾਹਰ ਲਾ ਵੇ ਉਹਰਾ ਪੈਸੇ ਕੱਢੋ ਨਾ ਡੈਣੀ ਜਾ ਕੇ ਮੂੰਹ ਉੱਤੇ ਜਾ ਕੇ ਮਾਰਾਂ ਨਹੀਂ ਤਾਂ ਅਦਾਲਤ ਤੇ ਜਾਵਣਾ ਪਉਸੀ ਇਹ ਅਜੀਬ ਮੁਸੀਬਤ ਨੂੰ ਪੈ ਗਏ ਵੀ ਸਵਾਣੀਆਂ ਸਾਡੇ ਕੋਲ ਵਸਦੀਆਂ ਤਾਂ ਪਈਆਂ ਨਹੀਂ ਬੈਠੀਆਂ ਵੀ ਪੇਕੇ ਬੂਏ ਤੇ ਖਰਚਾ ਵੀ ਤੁੰਨ ਕੇ ਲੈਂਦੀਆਂ ਪਈਆਂ ਨਾ ਤਾਂ ਲੈਣਾ ਹੈ ਲੈਣਾ ਤੇ ਫਸਾਇਆ ਆਪਾਂ ਨੂੰ ਆਪਣੀ ਮਾਂ ਹੈ ਆਪਣਾ ਹਾਲਾ ਕਿ ਉਦੇ ਦਿਲ ਹੀ ਕੋਈ ਨਹੀਂ ਸਕਾ ਨਹੀਂ ਪੁੱਤ ਰਹੀਦੇ ਪਰਨੀ ਜੋ ਤੁਸੀਂ ਚੰਗੇ ਰਸ ਦੇ ਰਾਤੀ ਉਹਨਾਂ ਪਰ ਰਗੜੀ ਦੇ ਖਲਿਆ ਇਸ ਰਗੜੀ ਰਗੜੀ ਕੇ ਰਿਸ਼ਤੇ ਲਏ ਹਨ ਵੀ ਇਹ ਰਿਸ਼ਤੇ ਲੈਣੇ ਨੇ ਇਹ ਦੋ ਮੈਂ ਭੈਣਾ ਲੈਣੀਆਂ ਮੋਰ ਹਟ ਕੇ ਆਪ ਹੀ ਉਹਨਾਂ ਨਾਲ ਲੜਦੀ ਆਈ ਉਹਨਾਂ ਦੇ ਨਾਲ ਜ਼ਬਾਨ ਖੋਰੀ ਕਰਦੀ ਆਈ ਤੋ ਆ ਬੈਠੀਆਂ ਨੇ ਸਾਡੇ ਨਾਲ ਤਾਂ ਉਹਨਾਂ ਦੀ ਲੜਾਈ ਕਾਇ ਨੇ ਸਿਰਫ ਤੇਰੀ ਵਜ੍ਹਾ ਤੇਰੀ ਜ਼ਬਾਨ ਦੀ ਵਜ੍ਹਾ ਤੋਂ ਜਲਦੀਆਂ ਬੈਠੀਆਂ ਹੋਈਆਂ ਦੇ ਰਾਤੀ ਜੀ ਉਹਨਾਂ ਨੂੰ ਉੱਜੀ ਰੱਖਦੀ ਆਈ ਤੇ ਮੁਕਾਲਿਆ ਮੈਂ ਉਹਨਾਂ ਦਾ ਮੁਕਾਲਾ ਕੋਈ ਨਹੀਂ ਕੀਤਾ ਜੇ ਤੁਹਾਡੇ ਘਰ ਹਸਦੀਆਂ ਨਾ ਤੇ ਜਾ ਕੇ ਲਾ ਆਓ ਹੁਣ ਉਹਨਾਂ ਸਾਡੇ ਘਰੇ ਅੰਮਾ ਕੀ ਵਸਣਾ ਹੈ ਹੁਣ ਤੋਂ ਸਾਨੂੰ ਅਦਾਲਤਾਂ ਦੇ ਵਿੱਚ ਦਰੀਕੀ ਬਣਦੀਆਂ ਤੇ ਆਹਦਾ ਖਰਚਾ ਤੁੰਨ ਕੇ ਲੈਂਦੀਆਂ ਪਈਆਂ ਐਲਾ ਆ ਪੈਸੇ ਲੈ ਲਾ ਉਹਨਾਂ ਨੂੰ ਜਾ ਕੇ ਦੇ ਆ ਤੇ ਕੁੱਕੀ ਦੀ ਸਾਲੇ ਸਵਾਬ ਕਰ ਆ ਮੇਰੇ ਕੋਲ ਲੈ ਲਾ ਨਾਲ ਲੱਗਦਾ 20,000 20,000 ਮੇਰੇ ਕੋਲ 18,000 2,000 ਰੁਪਈਆ ਘੱਟ 40,000 ਚ 20 ਇਹਦਾ 20 ਸਮਝ ਲਓ ਮੇਰਾ ਤੇ ਉਹਨਾਂ ਨੂੰ ਆਖੀ ਅਗਲੇ ਮਹੀਨੇ ਅਸੀਂ ਦੇ ਛੜ ਸਾਂ 2,000 ਹੁਣ 40,000 ਚ 2,000 ਘੱਟ ਹੈ ਹਾਂ ਹਾਂ ਕਿੰਨੀ ਵਾਰ ਤੈਨੂੰ ਆਖੀ ਘੱਟ ਉਹਨਾਂ ਖੋਤੀਆਂ ਕੋਈ ਨਹੀਂ ਲਵਣਾ ਉਹਨਾਂ ਆਖਣਾ ਪੂਰਾ 40 ਦਿਓ ਤੂੰ ਪੈਸੇ ਛੱਟ ਕੇ ਆ ਜਾ ਮੈਂ ਪਿੱਛੇ ਵੇਖੀ ਡਿੱਠੀ ਜਾ ਹਾਂ ਮੈਂ ਜਾਬ ਨੂੰ ਆਣ ਘਟਿਆ ਹੀ ਨਹੀਂ ਅਸੀਂ ਤਾਂ ਮਜ਼ਾਬ ਨੂੰ ਘਟਿਆ ਖੋਤੀਆਂ ਖਾਂਦੀਆਂ ਪੀਂਦੀਆਂ ਟੇਟਣੇ ਮਰੇਂਦੀਆਂ ਖੋਤੀਆਂ ਮੈਨੂੰ ਨਹੀਂ 50 ਦਿੱਤਾ ਇਹਨੇ ਤੂੰ ਤਾਂ ਸਮਾਨੀ ਵਾਲੇ 40,000 ਗੱਲੀ ਉਹ ਤਾਂ ਸਾਨੂੰ ਬਾਹਾਂ ਜੀ ਠੁੱਕੀ ਹੋਈ ਹੈ ਤਾਂ 40 ਦਿੱਤਾ ਨਹੀਂ ਤੇ ਦੇਵਣਾ ਦੂਣਾ ਕੋਈ ਨਾ ਉਹ ਦੁਨੀਆ ਫਾਸੀ ਸਾਡੇ ਗਾਲ 'ਚ ਪਾਈ ਹੋਈ ਹੈ ਤੁਸੀਂ ਉਹ ਹੁਣ ਅਸੀਂ ਜੂਰ ਰਹੇ ਹਾਂ ਜੂਟੇ ਲੈ ਰਹੇ ਹਾਂ ਤੁਸੀਂ ਨਜ਼ਾਰਾ ਕਰੋ ਵੇਖ ਕੇ ਬਸ ਨੀ ਬਿਸਮਿਲਾ ਕਰਾਂ ਤੇ ਵੇੜੇ ਵੜਾਂ ਲੱਖ ਲੱਖ ਮੁਬਾਰਕਾਂ ਉਹਨੀ ਪੁੱਤਰਾਂ ਦੀ ਸ਼ਾਦੀ ਕੀਤੀ ਤੇ ਹੁਣ ਮੁਸਕਾਨ ਆਈ ਇੰਨੇ ਦਿਨਾਂ ਬਾਅਦ ਮੈਨੂੰ ਕੋਈ ਖਰਾਇਤ ਦੇ ਤੈਨੂੰ ਕਿਦੋਂ ਖਰਾਇਤ ਦੇਵਾਂ ਕਿਹੜਾ ਸਾਡਾ ਘਰ ਤਾਂ ਵਸਦਾ ਵੇਖ ਲਿਆ ਇਹ ਘਰ ਤਾਂ ਸਾਡਾ ਜਿਹੜਾ ਕੁੱਕੀ ਦੀ ਧੀਆਂ ਤੇ ਕੁੱਕੀ ਉਜਾੜੀ ਖੜਾ ਏ ਨੀ ਮਾਸੀ ਜਿਹੜਾ ਤੇਰਾ ਘਰ ਉਜੜਿਆ ਹੋਇਆ ਨਾ ਮੈਂ ਦੁਆ ਕਰਸਾ ਉਹ ਬਾਦ ਹੋ ਜਾਸੀ ਮੈਨੂੰ ਕੋਈ ਖਰਾਇਤ ਦੇ ਕਿਹਦੀ ਤੂੰ ਆਵਾਂ ਖੁਸ਼ਾ ਦੀ ਧੀ ਜਿਹੜਾ ਘਰ ਮੇਰਾ ਵਸ ਪਉਸੀ ਅੱਗੇ 40,000 ਚ 2,000 ਰੁਪਇਆ ਥੁੱਟਦਾ ਪਿਆ ਉਹ ਮੈਂ 2,000 ਰੁਪਇਆ ਦੇ ਮੈਂ 40,000 ਪੂਰਾ ਕਰਕ ਦੇ ਆ
नी मासी जी अगर तेरा 2000 रुपया थुड़दा पैना तो तू इंज काम कर मेरे नाल चार बूवे फेर ला ते 2000 पूरा करके ते वग जावी। आजा मैं मुंह तुत्ता लिखता सणो सवाणी वाले कपड़े पा के मंगे टोर पमना खाच जाए आके चबा। ओए ओए बस थोड़ी जी देर है। चलो मंजी ते ले आ। अपन तू किधर स्कूल जाऊं मैं? मैं पुत्र अंदर मेरी दवाइयां न। ओ भले लोका दवाइयां तेरी अंदर टोकरी च पईयां बस ते दवाइयां की करना है। ओ बेवकूफ जे बच्ची हो मैं दवाइयां अंदर च रखना तुसी कट के टोकरी च रख दीजिए। मेरा प्यो शरबत दा ढक्कन खुलिया पिया हाथ सारा शरबत बस्ता दे विच डोल गया ए तो भले नू मेरी निगाह पै गई तो मैं कट के अंदर च रखियां। बहुत अच्छे वे मैं अंदर च कट के स्लेटियां खा दीजिए। लापा तेरे नाल कोई नहीं पूरा ला सकदा तो स्लेटियां ही खावणियां। मेरी थी आ जल्दी चाह बना मैं दवाई लवनी है। अब्बा बस थोड़ी जी लेट है की उबाल आंदा पे है। तू उबाले आई जांदे बहुत अच्छे भैया तू डेढ़ डेढ़ उबाले आई जांदे। अब्बा थोड़ा जा हौसला कर गया कर चाह पी पी के तेरा मैदा सड़दा जांदा है। सड़े पिया मैदा दवाइयां नहीं खावणी। ये साड़ी खला है अब्बा। कुछ नहीं तू किधर गया यूं? मैं गांव दा सौदा करन गया से तो कोई नहीं होया। क्यों बिचू 5000 रुपया घाटा कितने लाए नहीं? 1,40,000। पागल तो नहीं हो गया तू? अब्बा एडी वड्डी गां नाले उंदा रंग लाल गोरा नाले सज्जी सुई होई है। अब भावे सज्जी सुई होई है और रुपये दी शर्म ते चवानी लाओ ऐसा ऐसा बतावी दे उंदर पैसे। तू यकदम ही इतने पैसे ला आया। अगर तू जेड़ा भी ढोर लवना होवे ना तू आपे गया कर। तू तो ना छला एवे लाभ जावे ओ जिम्मेदार एवे देंदे नहीं पट्ठे अगू को सौखे। तमीज ना बोला कर मैं तेरा पियो हां और कर पैसे। तू कर लिया व्यापार एड़ा पैसे आज तो पिछा मैं आप ही जासा आपे जावे। अम्मा साबरा आके मैं लेट पहुंची है। नहीं मेरी दी जेड़े मेरे पोते छोटे गरीब बहन हो दरियाड़ी दप्पे ते गए हो यहां तो लेट आए हैं के ने ते आ 40,000 रुपया ने 2,000 रुपया चुका के 2,000 रुपया पहले पूरा कर तो मोड़ से 40,000 रुपया ले से। नहीं मेरी दी उतले गेड़े मैं तनु दे छड़सा। ना 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 एक दे दा उधार कोई नहीं आएगा। हर 2 महीने बाद तनु कदी 5,000 रुपया थोड़ जांदागा कदी 3,000 थोड जांदागा। तमाशा बनाए खलोते ने सानू पूरा 40,000 रुपया देवो। सुगरा बहन मेरा तो ख्याल है एक बारी मोड़ अदालत ते चलिए तो मोड़ माई दी अकल ठिकाने उससे ते पुत्र हट्टे कट्टे ते खर्चा नहीं पूरा दे सकदे। जबान तो तुसी दोवे बहन आई मारी जांदियां ने जिवें तुसा पैसे साडे ले रखे होन ए मजबूरी दा फायदा चेंदियां पईयां ने ਦੋਵੇਂ ਜਣੀਆਂ ਫਾਇਦਾ ਨਹੀਂ ਚੁੱਕਦੇ ਪਏ ਉਹ ਤੁਹਾਨੂੰ ਗੋਡੇ ਤੇ ਬੁਲਾਇਆ ਕਿਸੇ ਆਖਾ ਆਈਓ ਸਰਿਸ਼ਤੇ ਲਵਣ ਵਾਸਤੇ ਤਾਂ ਉਹ ਸਰ ਤੂੰ ਵੀ ਯਹੀ ਯਹੀ ਕਰਨਾ ਹੀ ਹੈ ਨਾ ਪ੍ਰਧਾਨ ਬਾਣ ਬਾਉ ਯਹੀ ਯਹੀ ਤੂੰ ਕਰਨ ਆਈ ਹੋ ਤੂੰ ਮਿੰਟਾ ਕੀਤੀ ਤੂੰ ਮਤ ਨਹੀਂ ਦੇ ਸਕਣਾ ਮੂੰਹ ਤੇ ਬਵਾਈ ਬੈਠਾ ਭਾਈ ਮੇਰੇ ਪਿਓ ਨਾਲ ਬਦਤਮੀਜ਼ੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਨਹੀਂ ਤੇ ਮੈਂ ਲੱਗੀ ਜਾਂ ਅਦਾਲਤ ਵਿੱਚ ਮਿੰਟਾਂ ਤੋਂ ਪਹਿਲੇ ਤੇਰੇ ਦੋਵਾਂ ਪੁੱਤਰਾਂ ਨੂੰ ਥਾਣ ਦੇ ਵਿੱਚ ਚੁਕਾ ਕੇ ਮਰਾਸਾਂ ਪਈ ਤੇ ਨਾਲੇ ਸਾਡੇ ਪਿਓ ਨਾਲ ਤਾਂ ਤੇਰੀ ਬਹਿਸ ਹੀ ਨਹੀਂ ਬਣਦੀ ਜਿਹੜੀ ਗੱਲ ਹੈ ਤੂੰ ਸਾਡੇ ਦੋਵਾਂ ਭੈਣਾਂ ਨਾਲ ਕਰ ਮੈਨੂੰ ਪਤਾ ਤੁਸੀਂ ਦੋਵੇਂ ਭੈਣਾਂ ਆਪ ਗੁਰਬੀਆਂ ਨੇ ਤੇ ਦੋਵਾਂ ਭੈਣਾਂ ਦੇ ਸਿਰ ਤੇ ਪੱਗਾਂ ਉਹਨਾਂ ਦੇ ਪੱਗਾਂ ਦੀ ਪੱਗ ਮੇਰੇ ਸਿਰ ਤੇ ਹੀ ਨੇ ਹੁਸ਼ਿਆਰ ਹਨ ਅੱਜ ਕੱਲ ਜ਼ਮਾਨਾ ਨਹੀਂ ਹੈਗਾ ਸਿੱਧੇ ਸਾਡੇ ਦਾ ਨਾ ਤੇਰੇ ਸਿਰ ਤੇ ਪੱਗ ਲੱਥੀ ਵਾਂਦੀ ਦੀਆਂ ਦੇ ਸਿਰ ਤੇ ਪੱਗ ਰੱਖੀ ਵਾਂ ਨਹੀਂ ਇਹ ਤੇਰੀ ਗਲਤ ਫਹਿਮੀ ਹੈ ਮਾਈ ਤੂੰ ਕੋਈ ਜ਼ਿਆਦਾ ਨਹੀਂ ਵਰਤੀ ਜਾਂਦੀ ਹੈ ਇੱਕ ਤਾਂ ਤੂੰ ਮੇਰੀਆਂ ਭੈਣਾਂ ਦੀ ਜ਼ਿੰਦਗੀ ਤਬਾਹ ਕੀਤੀ ਹੈ ਉੱਤੋਂ ਤੂੰ ਉਹਨਾਂ ਨੂੰ ਖਰਚਾ ਨਹੀਂ ਪੂਰਾ ਦੇਂਦੀ ਪਈ ਹੈ ਹਵੇ ਚੂਹਾ ਜਾਇਆ ਸਾ ਤੁਹਾਡੀ ਭੈਣਾਂ ਦੀ ਕੀ ਜ਼ਿੰਦਗੀ ਖਰਾਬ ਕੀਤੀ ਹੈ ਚੱਲਣ ਮੇਰੇ ਨਾਲ ਆਦਾ ਘਰ ਵਾ ਸਾਹਮਣੇ ਤੁਸੀਂ ਤਾਂ ਖਾਵਣੀ ਬਣਾਈ ਹੋਈ ਹੈ ਜ਼ਿੰਦਗੀ ਤਾਂ ਮੇਰੇ ਪੁੱਤਰਾਂ ਦੀ ਖਰਾਬ ਹੋ ਗਈ ਮਾਈ ਪੱਪੇ ਕੁੱਟਣੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਕਿ ਤੇਰੇ ਘਰ ਜਾਵਾਂ ਦੀ ਅਸਤਾ ਇੱਥੇ ਹੀ ਖਰਚਾ ਲੈਣਾ ਤਾਂ ਹਾਂ ਤੇ ਮੂੰਗ ਡਾਲ ਕੇ ਲਿਸਾਏ ਪਿਓ ਦੇ ਬੂਵੇ ਤੇ ਬੈਠੀਆਂ ਮਰਜੀ ਸਾਏ ਉਸ ਘਰੇ ਨਹੀਂ ਜਾ ਕੇ ਵਰਦੀਆਂ ਹੁਣ ਸਵਾਦ ਉਸੇ ਜਦੋਂ ਤੋਂ ਦੁਬਾਰਾ ਪੁੱਤਰ ਪਰਨਾ ਹੈ ਤੇ ਕੁੱਕੀ ਮੇਰੇ ਪੁੱਤਰਾਂ ਕੋਲ ਤਲਾਕ ਲਾਏ ਤੇ ਦੀਆਂ ਦੀ ਅਗਾਂ ਸ਼ਾਦੀ ਕਰ ਨਾ ਤਾਂ ਇਹ ਬੁੱਢੀਆਂ ਹੋ ਕੇ ਜਾਸ ਨਹੀਂ ਤੇ ਮਰ ਜਾਸ ਨਹੀਂ ਤੂੰ ਗੁਨਾਹ ਤੇਰੇ ਸਿਰ ਤੇ ਬਹੁਤ ਅੱਛੇ ਮੇਰੇ ਸਿਰ ਤੇ ਕੋਈ ਨਹੀਂ ਆ ਜਿਹੜਾ 40,000 ਵਾਲਾ ਵਜ਼ੀਫਾ ਹੈ ਬੰਨੇ ਬਾਅਦ ਇਹ ਖਤਮ ਹੋ ਜਾਣਾ ਨਹੀਂ ਮਾਈ ਤੈਨ ਤੇ ਪੀੜ ਪਾਈ ਵਦੀ ਹੈ ਕਿ ਜਿਹੜੇ ਹਰ ਮਹੀਨੇ ਬਾਅਦ 40,000 ਇਹਨਾਂ ਨੂੰ ਦੇਣੀ ਹੈਗੀ ਆਪ ਖਾਵਾ ਆਈ ਬੱਕਰੇ ਕੱਟੇ ਤੇ ਇਹਨਾਂ ਨੂੰ ਨਾ ਦੇਵਾ ਹੈਗੀ ਹੈ ਤਾਂ ਹੀ ਮੇਰੇ ਪਿਓ ਨੂੰ ਉਂਗਲ ਵੀ ਲਾਨੀ ਹੈਗੀ ਕਿ ਇਹਨਾਂ ਨੂੰ ਕਹ ਪਰਨਾ ਤੇ ਮੇਰੇ ਪੁੱਤਰਾ ਕੋ ਤਲਾਕ ਲੈ ਤੇਰੀ ਇਹ ਸ਼ੈਤਾਨੀ ਮੈਂ ਚੰਗੀ ਤਰੀਕੇ ਸਮਝਨੀ ਹੈਗੀ ਆ ਤੇ 2,000 ਹੋਰ ਲੈ 40,000 ਪੂਰਾ ਕਰਕੇ ਦੇ ਪਈ ਬੜੀ ਚਲਾਕ ਹੈ ਭਾਈ ਤੂੰ ਚਲਾਕ ਕਿਵੇਂ ਨਾ ਬਣ ਆਖਰਕਾਰ ਧੀਆਂ ਕੀ ਧੀਆਂ ਮੈਨੂੰ ਪਤਾ ਹੈ ਸ਼ੈਤਾਨ ਪਿਓ ਦੀ ਧੀਆਂ ਓ ਮਾਈ ਮੇਰੇ ਪਿਓ ਨੂੰ ਸ਼ੈਤਾਨ ਸ਼ ਤੂੰ ਨਾ 40,000 ਰੁਪਇਆ ਪੂਰਾ ਕਰਕੇ ਲਿਆ ਇੱਥੇ ਮੰਜੇ ਤੇ ਠੋਕ ਕੇ ਨਾ ਬਾਓ ਵਾਹ ਭਾਈ ਵਾਹ ਸ਼ਰਮ ਆਇਆ ਤਾਂ ਕੋਈ ਨਹੀਂ ਤੇਰੇ ਮੂੰਹ ਤੇ ਹੱਟਾ ਕੱਟਾ ਹੈਗਾ ਬੈਣਾ ਦੀ ਕਮਾਈ ਖਾਨਾ ਓ ਮਾਈ ਮੇਰੀਆਂ ਦੋ ਬਹਿਣਾ ਹੋਰ ਹੀ ਆਉਂਦੀਆਂ ਨਾ ਮੈਂ ਉਹਨਾਂ ਨੂੰ ਹੀ ਰੁਸਾ ਕੇ ਬੂਹੇ ਤੇ ਬਵਾ ਕੇ ਤੇ ਸਿੱਧਾ 80,000 ਰੁਪਇਆ ਲਵਾ ਸੇ ਸਹੀ ਗੱਲ ਤੇਰੀ ਤਬੀਅਤ ਹੀ ਉਹ ਦਿਸਦੀ ਪਈ ਹੈ ਹਾਂ ਸਹੀ ਸਮਝਿਆ ਨਹੀਂ ਮਾਈ ਜ਼ਿਆਦੀਆਂ ਗੱਲਾਂ ਨਾ ਕਰ ਜਾ ਤੇ ਘਰੇ 2,000 ਹੋਰ ਲੈ 40,000 ਪੂਰਾ ਕਰਕੇ ਦੇ ਸਾਨੂੰ ਪਹਿਲੋ ਨਹੀਂ ਚਾਵਣੇ ਨੇ ਚਾਹ ਲਵੋ ਚਾਵਣੇ ਨੇ ਤੇ ਚਾਹ ਲੋ ਨਹੀਂ ਇੱਥੇ ਦੇਖ ਲੋ ਆ ਪੈਸੇ ਫਾੜ ਦੇ ਤੇ ਸਵੇਰ 8 ਵਜੇ ਆਪਣੀ ਮੁਲਾਕਾਤ ਇਨਸ਼ਾਅੱਲਾ ਅਦਾਲਤ ਦੇ ਜੱਸੀਓਂ ਨਿਕਲਦੀ ਹੋ ਤੇਰੇ ਪੁੱਤਰਾਂ ਨੂੰ ਮੈਂ ਉੱਥੇ ਫਦਵਾਸਾਂ।
ते नाल ले के आवी और मुंह मिसना ना करी हुन जा की वेंदी पई है ओ टोर पा माई अब पैसे हेठा सट के पैसे दी बेअदबी जे कीती आई साडे रगे कोल पुछ पई पैसे दी कदर की होंदी है तौबा तौबा मैं तो कसूरा दे बस पाए गई हां ओ माई अगा जा असलू चाला फिर देख लो ती हर महीने कदी 1000 घट कदी 2000 घट आज वजी ना संते ते हुन पता भी लग जासे प्यो मेरी गल सुन ला सुबह 7 बजे आपा घरू निकल जाना ते इन दे नाल 8 बजे उठे दलत चो मुलाकात करसा आपा शामी चलने उठे चाचे के दे घरे रवी उठे अपनी जिंदगी है ना अपनी कमाई उदावनी जिद जानी खाली फसाया अम्मा अबे अपा हूं सारी जिंदगी अस कमाइंदे रसा उन्होंने ना चार्ज का कपड़ा ला सकना ना चार्ज की जुत्ती ला सकने ते साइकल सफाई छड इवें लगा जा जा के होटल तू धारा सालन ते रोटी लेके आ खा लई खा मार लई जनाब उना रोटी सालन उधारा कोई नहीं देवना आ अगले दे पराने आया ना उदो भी रोटी मैं उधारी ल्यांदी है ते 670 रुपया तक के बनया खाला मैं या जा सतु ना मेनू बान लेना खच्चर दे मुंह वालिया तू एक ऐसा बौरा किस्म दा इंसान है कड़मा गरु ना पा देंदा तू जा उन्हों मेरा ना लवी हो सकता तेन रोटी सालन दे दे एक बार ना ले के दे ऐसे कड़मा इंसान है तेन ना ले अगू फर ना फना कर देना ऐसी बवर पा छना है अगू चलो तू तो मेरे नाल एवें पटीवें लग गई गुस्सा तेन किसी का कटेंदा मेरे ते पिया यार गल सुन मेरे पुत्र आया ही लोहे कबाड़ियन दे दे मेरे वास्ते सिगटा लई आवी चरस पींदा होंदा तू तो सानू ही वेच देने यार बगैर करना होंदा दा दल्ला पूरे करके दो पैसे सिर्फ 2000 रुपया घाटा 2000 किधू लैके आई है हुण साडे डेढ़े ते रोटी कोई नहीं ओ भाऊ 2000 दा बंदोबस्त करिए नहीं तो वकीलां दी चट्टियां आपां किवें भरनियां मैं तां ना अब्बे दा साइकल खला ए फूक देने उन्हां तां 40000 पूरा करके दे वीए यार की हो जी गल करदे पए ने ओ साइकल वेचू ने मैं इहदे ते बह के हुक्का पीन जाना क्यों मैनूं मुथाज करू ने वाह वाह अब्बा तेनू आ दे हुक्के दी पई खोती ते साइकल दी पई खोती ओ तेनू साडा ख्याल कोई नहीं असीं भावें जेल दे विच दाणा छुरक दे बंदे होईए तेनू रब सबर देवे ते साइकल वेचण दे पैसे पूरे उहनां देईए नहीं ते आ जिहड़े ने अपने पोतरे सारी जिंदगी जेल च रोल जासे मेरे मुंह वाले की वेखदा पे साइकल नु अगर टोर लै उत्थे जाके वेच के पैसे पूरे करके उहनां दे नक ते मारीए मैं तां आपे नु लै चली उत्थे किते वेच देईए एवें कोई नहीं विकणा इहनू लै जांदे बाकरी कोलो उहदे कोल खवाइणा नौकरी ते इहदे पैसे लैणे ओ तंदाणा निकल जा शाम हो गई चलो जी अगर दफा हो जा मैं किसे पासे लै जा जांदे पाए तमाशा वे अत्रियां दीआं बोतलां नहीं आउणियां बेली आके वेच आ पूरा 40000 रुपया इने इनू थुक ला के गिन लो आंदा तू पैसे पूरे ले आके देने पूरे ही उछड़ मियां साहब पूरे ही उछड़ एडा भी किरार ना बनया कित कर जेडा तू किरार बनया खड़ोता बनना पंदा है तोड़े जैसे लोगन सिखावण वास्ते किरार क्यों ना बने की वजह बिल्लो खतोन ना कभी कभी वादा घाटा हो जांदा ते बर्दाश्त कीता करो वादा घाटा ये इज्जत दे लायक नहीं है अल्लाह दा शुक्र है आप दी है
ਆਪੋ ਤੂੰ ਤਾਂ ਅੱਗੇ ਨਹੀਂ ਮਾਣਦੀ ਐ ਤੂੰ ਗੱਡੀ ਲੈ ਲਈ ਐ ਇਹ ਲਈ ਕਿਦੂ ਹੀ ਪੈਸੇ ਕਿਦੂ ਲੈ ਨਹੀਂ ਗੱਡੀ ਦੇ ਇਹ ਗੱਡੀ ਤਾੜੀਆਂ ਹੱਡੀਆਂ ਵਿੱਚ ਲਈ ਹੈਗੀ ਐ ਜਿਹੜਾ 40,000 ਰੁਪਇਆ ਤੁਸੀਂ ਹਰ ਮਹੀਨੇ ਦਿੰਦੇ ਨੇ ਨਾ ਉਹ ਜੋੜ ਕੇ ਤੇ ਗੱਡੀ ਲਈ ਐ ਤੇ ਰੋਟੀ ਮਾਂ ਪਿਓ ਦੀ ਖਾਣੀ ਐ ਹਾਂ ਲੱਖ ਲਾਨਤ ਮੇਰੇ ਤੇ ਖੋਤਿਆ ਹਿਠਮੂ ਕਰੇ ਨਾ ਤੇਰੇ ਤੇ ਵੀ ਲੱਖ ਲਾਨਤ ਹੈ ਉਹ ਸਾਡੀਆਂ ਹੱਡੀਆਂ ਨਿਚੋੜ ਕੇ ਤੇ ਆ ਗੱਡੀ ਲਈ ਖਲੋਤੀ ਉਹ ਚਾਚਾ ਕੁੱਕੀ ਗੱਲ ਸੁਣ ਮੇਰੇ ਯਾ ਤੁਸੀਂ ਸਾਡੇ ਕੋਲ ਲਾਓ ਤਲਾਕਾਂ ਯਾ ਇਹਨਾਂ ਨੂੰ ਟੋਰੋ ਸਾਡੇ ਨਾਲ ਤਲਾਕਾਂ ਲਵਣੀਆਂ ਕੋਨੀ ਤੇ ਛੋਰੀਆਂ ਟੋਰਨੀਆਂ ਕੋਨੀ ਉਹ ਕਿਉਂ ਸਾਡੀ ਖੁੱਤੀ ਚੱਕ ਚ ਹੋਇਆ ਹੈ ਜਿਹੜੀ ਤੁਹਾਡੇ ਵੱਲੋਂ ਕਮੇਟੀ ਆਉਂਦੀ ਪਈ ਅਸੀਂ ਬੰਦ ਕਰਾ ਦਈਏ ਬੰਦਾ ਤਾਂ ਤੂੰ ਬੜਾ ਸਿਆਸਤਦਾਨ ਹੈ ਪਰ ਮੇਰੇ ਕੋਲ ਵੀ ਅਕਲ ਦੀ ਗੱਲ ਇੱਕ ਲੈ ਲਾ ਸਾਡੇ ਕੋਲ ਤਲਾਕ ਦਿਵਾ ਕੇ ਇਹਨਾਂ ਨੂੰ ਅਗਾਂਹ ਫਰਨਾ ਤੇ ਮੋਹਰ ਰੁਸਾ ਕੇ ਬਹਾ ਲਵੀ ਉਦੋਂ ਵੀ ਖਰਚਾ ਲੈ ਰੱਖੀ ਏਦੂ ਖਰਚਾ ਲੈ ਲਵੀ ਤੇਰੇ ਡਬਲ ਪੈਸੇ ਹੋ ਜਾਸਨ ਇਹਦਾ ਮੈਨੂੰ ਸ਼ਬਲ ਨਾ ਬਣਾ ਜੇ ਤੁਹਾਡੇ ਵੱਲੋਂ ਤਲਾਕ ਹੋ ਗਈ ਇਦੂ ਖਰਚਾ ਬੰਦ ਹੋ ਜਾਸੀ ਮੈਂ ਕੋਈ ਪਾਗਲ ਹਾਂ ਹਾਂ ਅੱਲਾ ਜਾਣੇ ਅੱਗੂ ਕੋਈ ਤੁਹਾਡੇ ਰੰਗੇ ਜਿੱਡੂ ਸਾਨੂੰ ਲੱਭਣੇ ਵੀ ਹਨ ਕਿ ਨਹੀਂ ਤੁਸੀਂ ਚੁੱਪ ਕਰਕੇ ਮਹੀਨੇ ਬਾਅਦ ਸਾਨੂੰ 40,000 ਰੁਪਇਆ ਦਿੱਤੀ ਰੱਖੋ ਇਹਦਾ ਹੀ ਤੁਹਾਡੀ ਬਿਹਤਰੀ ਹੈ ਆ ਵੀ ਤੁਹਾਡੀ ਜਾਇਦਾਦ ਬਣਦੀ ਰਵੇ ਸਾਡੀਆਂ ਹੱਡੀਆਂ ਕਾਣੀਆਂ ਹੁੰਦੀਆਂ ਰਵਣ ਬਿੱਲੋ ਕੋਈ ਸਿਆਣੀ ਬਾਣ ਚੱਲ ਮੇਰੇ ਨਾਲ ਘਰ ਉੱਥੇ ਤੈਨੂੰ ਪੈਸੇ ਦਿੱਤੀ ਰੱਖਸਾਂ ਕੋਈ 3-4 ਮਹੀਨੇ ਤੇ ਮੈਨੂੰ ਟਾਈਮ ਦੇਵੀਂ ਤੈਨੂੰ ਵੀ ਗੱਡੀ ਲਾ ਦੇਸਾਂ ਨਾ ਮੇਰੇ ਬਹਿਨੇ ਕੰਮ ਨਾ ਕਰੀਏ ਇਹ ਐਵੇਂ ਤੈਨੂੰ ਵੀ ਲੈਂਦਾ ਪਿਆ ਤੇ ਮੇਰਾ ਵਿਆਹ ਮੈਂ ਕਿਹੜਾ ਉਹਦੇ ਅੱਖੇ ਵਲਿੰਦੀ ਪਈਆਂ ਬੂਤਨਾ ਸਾਹਿਬ ਅੱਲਾ ਲੁਖੈਰ ਹੈ ਤੇ ਮਾਂ ਪਿਓ ਤੇ ਬੂਵੇ ਤੇ ਬੈ ਕੇ ਗੱਡੀਆਂ ਬਣਾ ਲਈ ਸੇ ਬਾਊ ਮਾਤਾ ਨਾ ਸੌਰੇ ਦਾ ਤੇ ਸਾਲੇ ਦਾ ਗੋਟ ਬਾਹਰ ਛੱਡੀਏ ਮੋੜ ਵੇਖੀ ਨਾ ਤੂੰ ਆਪਣੀ ਜਾਨ ਛੁੱਟ ਦੇ ਸੋਚੀ ਤਾਂ ਮੈਂ ਵੀ ਇਹੋ ਖਲੋਤਾ ਵੀ ਕੋਈ ਐਸਾ ਤਰੀਕਾ ਹੋਵੇ ਕਿ ਮੈਂ ਦੋਵਾਂ ਨੂੰ ਮਾਰ ਛੱਡਾਂ ਤੇ ਜੇਲ੍ਹ 'ਚ ਵਗ ਜਾਵਾਂ ਉੱਥੇ ਸੁੱਖ ਦੀਆਂ ਨੀਂਦਰਾਂ ਮਾਰ ਤੁਸੀਂ ਦੋਵੇਂ ਭਰਾ ਰਲ ਕੇ ਗੋੜ ਰੋੜੀ ਨਾ ਬੰਨੋ ਤੁਹਾਡੀ ਗੋੜ ਰੋੜੀ ਕੋਈ ਨਹੀਂ ਬਣੀ ਨਹੀਂ ਹੈਗੀ ਮੇਰੇ ਪਿਓ ਤੇ ਮੇਰੇ ਭਰਾ ਨੂੰ ਅਗਰ ਤੁਸੀਂ ਮਾਰ ਦੇਸੋ ਨਾ ਤੇ ਸਾਰੀ ਜ਼ਿੰਦਗੀ ਤੁਹਾਨੂੰ ਜੇਲ੍ਹ ਦੇ ਵਿੱਚ ਸਜ਼ਾਵਾਂ ਦਵਾਸਾਂ ਤੇ ਸਜ਼ਾਏ ਮੌਤ ਕਰਵਾਸਾਂ ਮੌਤ ਉਹ ਬੜੇ ਇਤਨਾ ਚਿਰ ਤੁਹਾਡਾ ਦੋਵਾਂ ਦਾ ਇੱਥੇ ਮਕਸਦ ਹੀ ਨਹੀਂ ਬੰਦਾ ਤੁਸੀਂ ਪੈਸੇ ਦੇ ਛੱਡੇ ਤੇ ਹੁਣ ਜਾਓ ਆਪਦੇ ਘਰ ਐਵੇਂ ਚਸਕੇ ਲੈਂਦੇ ਬੈਠੇ ਨੇ ਹੁਣ ਨਿਕਲ ਜਾਓ ਆ ਜਾ ਮੈਂ ਨਾ ਮੇਰੇ ਨਾਲ ਵਗ ਚੱਲ ਘਰੇ ਉੱਥੇ ਆਪਾਂ ਰਸਾਂ ਅੱਲਾ ਤੈਨੂੰ ਬਾਲ ਦੇਸੀ ਉਸ ਤੋਂ ਬਾਅਦ ਰੁਸ ਕੇ ਬਹਿ ਜਾਵੀਂ ਬਾਲ ਦਾ ਵੀ ਖਰਚਾ ਲਈ ਰੱਖੀ ਨਾ 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 ਇਹ ਚਗਲ ਕੰਮ ਮੈਂ ਕੋਈ ਨਹੀਂ ਕਰਨਾ ਹੈਗਾ ਮੈਂ ਤਾਂ ਰੁਸ ਕੇ ਉਨੀ ਦੇਰ ਤੱਕ ਇਸ ਬੂਹੇ ਤੇ ਬਾਸਾ ਜਿੰਨਾ ਦੇਰ ਤੱਕ ਆਦੀ ਕੋਠੀ ਨਾ ਬਣਾ ਲਈ ਸ਼ੀਸ਼ਿਆਂ ਵਾਲੀ ਅੱਛਾ ਸ਼ੀਸ਼ਿਆਂ ਵਾਲੀ ਕੋਠੀ ਬਣਾਉਣ ਤੋਂ ਬਾਅਦ ਮੋੜ ਮੋੜ ਮੈਂ ਅਗਾ ਸ਼ਾਦੀ ਕਰ ਲਈ ਸੀ ਤੇਰੇ ਨਾਲ ਵਸਣਾ ਸਦਕੇ ਜਾਵਾਂ ਮੈਂ ਇਸ ਬੱਚੀ ਤੇ ਇਹ ਜਦੋਂ ਜੰਮੀ ਆਈ ਉਦੋਂ ਮੈਨੂੰ 500 ਦਾ ਨੋਟ ਲੱਭਾ ਨਸੀਬਾਂ ਵਾਲੀ ਏ ਤੇ ਅਸੀਂ ਜੇਰ ਤੇ ਜੰਮਿਆ ਸੇ ਸਾਡੇ ਉਸੇ ਦੇ ਖੋਟ ਗਈ ਹੈ ਕਿ ਅਸੀਂ ਸੂਰਾਂ ਦੇ ਵਾਸ ਪਵਣਾ ਜਦੋਂ ਇਹ ਜੰਮੀ ਆਈ ਤੇ ਤੈਨੂੰ 500 ਰੁਪਇਆ ਲੱਭਾ ਉਹ ਭਲਾ ਕਹਿੰਦਾ ਡਿੱਗਾ ਕਹਿੰਦਾ ਡਿੱਗਾ ਮੇਰੇ ਪਿਓ ਦਾ ਡਿੱਗਾ ਜਦੋਂ ਦੀ ਇਹ ਜੰਮੀ ਅਸੀਂ ਲੁੱਟੀ ਵਣ ਲੱਗੇ ਅਸੀਂ ਤਾਂ ਖਾਨਦਾਨੀ ਮਜ਼ਲੂਮ ਆ ਬਸ ਜਦੋਂ ਦੀ ਮੇਰੀ ਭੈਣ ਜੰਮੀ ਹੈ ਨਾ ਉਹਦਾ ਸਿਤਾਰਾ ਚਮਕਦਾ ਹੀ ਪਿਆ ਉਹਦਾ ਸਿਤਾਰਾ ਚਮਕਿਆ ਜਾਂ ਨਾ ਚਮਕਿਆ ਤੁਸੀਂ ਉੱਤੇ ਬੁਰਸ਼ ਮਾਰ ਮਾਰ ਕੇ ਚਮਕਾਉਂਦੇ ਪਏ ਨੇ ਇੱਥੇ ਨਾ ਰੋਣਾ ਦੋਨਾ ਪਾ ਅਗਾ ਦਫੋ ਆਦੇ ਬੂਏ ਤੇ ਖਲੋਤੀ ਆਦੇ ਪਿਓ ਦੇ ਤੇ ਤਾਂ ਬੱਚੀ ਖਲੋਤੀ ਹੈ ਜੇ ਮੇਰੇ ਬੂਏ ਤੇ ਹੋਵੇਂ ਤਾਂ ਹੁਣ ਨੂੰ ਮੈਂ ਤੇਰਾ ਬੂਥ ਕੁੱਟ ਦੇਵਾਂ ਇਸੇ ਗੁਰੂ ਲਾਜ ਵੀ ਤਾਂ ਕੀਤਾ ਹੋਇਆ ਹਰ ਮਹੀਨੇ ਬਾਅਦ 40,000 ਗਲਣਾ ਹੈ ਘੋੜਾ ਸਲਾਮ ਪਿਆ ਲੈਂਦਾ ਹੈ ਆਲੇ ਬਿੱਲੋ ਬੜੇ ਪੈਸੇ ਤੂੰ ਜਮਾ ਕੀਤਾ ਹੈ ਕੈਰੀ ਡੱਬਾ ਤੇਰੇ ਵਾਸਤੇ ਵੀ ਲੈਣਾ ਬਿੱਲੋ ਇੰਦੇ ਚ 10,000 ਦੀ ਮਠਿਆਈ ਮੰਗਾ ਤੇ ਉਹ ਵੰਡੀਏ ਸ਼ੌਕੀ ਬਰਾ ਆਪੇ ਅੱਡੇ ਤੇ ਔਰ ਲੈ 10,000 ਰੁਪਇਆ ਚਲੋ ਠੀਕ ਹੈ ਮੈਂ ਗਿਆ ਆ ਜਾ ਬਹਿ ਜਾ ਇਹ ਮੇਰੀ ਨਸੀਬਾਨੀ ਆ ਦੀਆਂ ਇਸੇ ਤਰ੍ਹਾਂ ਅੱਲਾ ਦੀਆਂ ਦਿੱਤੀ ਰੱਖੇ ਤੇ ਗੱਡੀਆਂ ਹੀ ਗੱਡੀਆਂ ਅੱਬਾ ਫਿਰ ਤੈਨੂੰ ਸ਼ਾਦੀ ਨਵੀਂ ਕਰਨੀ ਪਈ ਸੀ ਅੱਛਾ ਹਾਂ ਹੋਰ 4-5 ਕਰ ਨਾ ਲਵਾਂ ਉਸਤਾਦ ਤੂੰ ਸਾਡਾ ਉਸਤਾਦ ਵੀ ਹੈ ਤੇ ਮਾਂ ਪਿਓ ਵੀ ਹੈ ਤੇਰੀਆਂ ਅੱਖਾਂ ਦੇ ਸਾਹਮਣੇ ਤੇਰੀ ਔਲਾਦ ਲੁੱਟਿੰਦੀ ਪਈ ਹੈ ਤੇ ਕੋਈ ਟਾਕੀ ਲਾ ਜੇ ਲੱਗਦੀ ਹੈ ਟਾਕੀ ਮੈਂ ਲਾ ਲੈਣਾ ਲਾਣਾ ਦਾ ਮੈਂ ਟੋਲੀ ਹੈ ਜੇ ਤੁਹਾਡੇ ਨਸੀਬ ਚੰਗੇ ਹੋਏ ਜੇ ਲੱਗ ਗਿਆ ਤੇ ਮੈਨੂੰ ਦਵਾਈ ਦੇਵੇ ਜੇ ਨਾ ਲੱਗਾ ਤੇ ਹੁਣ ਬਾਅਦ ਦਵਾਈ ਤਾਂ ਹੈ ਨਹੀਂ ਨਹੀਂ ਉਸਤਾਦ ਬਾਅਦ ਦਵਾਈਆਂ ਕਿਉਂ ਦੱਸਾਂ ਅੱਲਾ ਕਰੇ ਤੇਰਾ ਟੋਲ ਲੱਗ ਜਾਵੇ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਮਜ਼ਦੂਰੀ ਕਰਾਂਗਾ ਹੋਰ ਕਿਸੇ ਮਿਸਤਰੀ ਦੇ ਨਾਲ ਮਜ਼ਦੂਰੀ ਨਹੀਂ ਕਰਾਂਗਾ ਦੇਖੜਾ ਹਾਂਜੀ ਅਹੀਂ ਕਰ ਅੰਦਰੋਂ ਜਾ ਕੇ ਤੋੜੇ ਤੇ 1000 ਪਾ ਕੇ ਲੈ ਠੀਕ ਹੈ ਉਸਤਾਦ ਜੀ ਮੈਂ ਲੈ ਕੇ ਤੁਸੀਂ ਹੁਣ ਜਾਓ ਅਸੀਂ ਆਦੇ ਘਰ ਵਗ ਜਾਈਏ ਹਾਂ ਤੁਸੀਂ ਜਾਓ ਬੇਫਿਕਰ ਹੋ ਚੱਲ ਬੋਤ ਰਹੇ ਆ ਜਾ ਹਾਂਜੀ ਉਸਤਾਦ ਜੀ ਉਹ ਚੱਲ ਆ ਤੈਨੂੰ ਮੈਂ ਸਾਰੀ ਗੱਲ ਸਮਝਾਈਨਾ ਸੁਗਰਾ ਭੈਣ ਹਾਂ ਗੱਡੀ ਤਾਂ ਬੜੀ ਚੰਗੀ ਲੱਭੀ ਏ ਬਿੱਲਾ ਮੈਨੂੰ 3 ਮਹੀਨੇ ਹੋ ਗਏ ਨੇ ਇਸ ਗੱਡੀ ਦਾ ਪਿੱਛਾ ਠੁੱਡੇ ਧੱਕੇ ਖਾਂਦੇ ਆ ਹੁਣ ਮੇਰੇ ਵਾਸਤੇ ਵੀ ਇਹੋ ਜਿਲਾ ਬਣੀ ਏ ਤੇਰੇ ਵਾਸਤੇ ਮਿੰਦੇ ਨਾਲ ਵੀ ਸੋਹਣੀ ਲੱਭਸਾਂ ਸਲਾਮ ਅਲੈਕਮ ਬਾਜੀ ਵਾਲੇਕਮ ਸਲਾਮ ਹਾਂਜੀ ਭਾਈਜਾਨ ਅਸੀਂ ਜਾਣਾ ਸਾਹਿਵਾਲ ਸਾਨੂੰ ਬੜੀ ਐਮਰਜੈਂਸੀ ਏ ਅੱਛਾ ਅੱਛਾ ਤੇ ਮਿਹਰਬਾਨੀ ਕਰੋ ਸਾਨੂੰ ਉੱਥੇ ਪਹੁੰਚਾਓ ਹਾਂ ਵੀਰੇ ਪਹੁੰਚਾ ਤੇ ਦੇਣੀ ਹੈਗੀ ਮੈਂ 3000 ਰੁਪਇਆ ਲਵਾਂਗੀ ਕਿਰਾਇਆ ਮੇਰੀ ਭੈਣ ਸਾਥੋਂ 500 ਵਾਦ ਲੈ ਲੈਣੀ ਸਾਨੂੰ ਐਮਰਜੈਂਸੀ ਏ ਤੁਸੀਂ ਸਾਨੂੰ ਉੱਥੇ ਲੈ ਕੇ ਚੱਲ ਠੀਕ ਮੇਰਾ ਭਰਾ ਤੁਸੀਂ ਵਿੱਚ ਬਵੋ ਬਿੱਲੋ ਤੂੰ ਵੀ ਮੇਰੇ ਨਾਲੇ ਜਾ ਆਪੀ ਆਪਾਂ ਵਾਪਸ ਤੇ ਦੋਨ ਭੈਣਾਂ ਨਾਲ ਕੇ ਆਈ ਸਾਂ ਤੇ ਫੇਰ ਬਾਹਰ ਵਿੱਚ ਆ ਗੇਟ ਖੋਲ ਆ ਜਾ ਆਪਾਂ ਲਾਕ ਖੋਲ ਜਾ
बड़ी भूख लगी खाली बड़ा जल्दी जल्दी दो रोटियां छंड दो रोटियां छंडा के नाल आली आग मोज तलवे मैं ना बुरा चजेड़ा बाल गया रमजी तेनु खुदा दा ना सानू बचा ला ओ हुन की हो गया तवानु तेने बंदे आ साडे घर दे विच ओ ना के आगा सिसाई वाल जाना साडे कोल किराया ले लवे असी दोवें बैणा पागल असी लालच पिछे टोर पईयां असी ओना कोल रात विच पूछे ताडे तोड़े च की हैगा ओ ना किंदे च अस लैगा मैं डर के उते गड्डी चड्डी धोरा बाजे आईयां हुन जिवें ही जानदे ने तुसी दोवें बिरा साडी गड्डी सानू हटा दियो ओ चोर डाकू हैगे अन साडे ते परचा करवा ने पर परचा तो हुन ताई हो गया होना पुलिसां ता टूं टूं करके आउंदियां पई होणियां बस तुसी तैयारी करो नाले आदे पियो दी तैयारी करवाओ जेल जावन वास्ते असी गवाही तुन के देंगे हां असी ये आखना पुलिस ने बड़ा वड्डा डाकू ने बड़ियां वड्डियां वड्डियां डकैटियां कीतियां ते जदों ओनु लितर पवणे ने ओने सारीयां डकैटियां मननियां ने जेड़ियां उस कदी नहीं कीतियां ओ भी मननियां इना गल्ला नु परां दफा करो ते एवें दूर दराज ना टरो असी मोड़ भी तुवाडियां सुवाणियां साडे मोहल्ले वेख जाओ ते तुसी साडे मोहल्ले वेख्या रमजी हुण मैं जेड़े तेरे कोल पैसे लैंदी पिया ना 40,000 रुपया असी दोवें बैणा ओ तानू माफ करा सा ताडे घरे वसा साडी इत्थों चोंड छड़ा ते कर डब्बा लै क्या करे ना पहले मेरे नाल चलो उथे अंगूठे ला के आओ कागज ते जल्दी कार और निकल आ चल आ जाओ चलो चलो अगर डोर फिर लो किया हां तो बच्ची आजे तक आईया नहीं ओ साई वालू आ गए इन्हानु लौर दा फेरा लाग गयो सी ओ ओदे भाग गयो से दसे पता दसे नहीं ने देख ले कोई गल नहीं कारोबार जोन बन गया नहीं आईया खड़ोती ने कारोबार बंद हो गया तुम्हारा क्यों क्योंकि ए हुन साडे घरे वसण आराम नाल जिवें सवाणियां आदे घरे रहंदियां आदे बंदियां दे कोल ते असी कपड़े चावण आए आ इनां दे ए की बकवास करदा पिया ए बकवास नहीं करदा पिया ए अंगूठे ला के आईयां हुन मेरे कोल आबा रोजी तो लात दे आईयां ने तानू रोजी दी बनी खलोती हैगी साडे ते अगला परचा ठोकते पियां पूरा ही इंजड्डा ए तां भला होवे भूत ने ते रमजी दा जिन्नो सानू बचा लिया ते असी अदालत च रसाई दे अंडूखे ला छड्डे ओ तुहाडे ते रोला की आ बणिया अगर बन गया तो मैं दसो इन्हां ने कम्मां कोल क्यों गईयां ने रोला की आ बणना हा जेड़े मिस्त्री नाल असी काम करने आ उसे साडी फटीक कड्डी केई फटीक कड्डी है कोई नहीं ओ डाकू बन के इन्हां दे नाल गया उन्ने डराया ते डर के साडे कोल आ गईयां यार रह गईयां सावे वर्के अंडूखे लवाए ਉਹ ਕੈਰੀ ਡੱਬੇ ਵਾਲੇ ਲਵਾਇਣ ਪਹਿਲੇ ਕੈਰੀ ਡੱਬਾ ਆਦਾ ਕੀਤਾ ਉਸ ਤੋਂ ਪਿੱਛੇ ਤੁਹਾਡੇ ਨਾਲ ਰਸਾਈ ਕੀਤੀ ਹਾਂ ਬਿਲਾ ਸ਼ਾਹ ਖੂਨ ਸਾਥੂ ਤਲਾਕਾ ਲੈ ਲੋ ਅਈ ਲੋ ਕਾ ਅਬੇ ਹੀ ਮੰਨੋ ਮੈਨ ਲੱਗਦਾ ਤੁਹਾਡਾ ਘਰ ਬਣ ਗਿਆ ਮੇਰੇ ਪਿਓ ਦਾ ਘੁੱਟ ਭਰੀ ਗਿਆ ਹਾਂ ਹਾਂ ਐਸੀ ਮਜ਼ੀਦ ਫਨੀ ਵੀਡੀਓਜ਼ ਦੇਖਣ ਕੇ ਲਈ ਹਮਾਰੇ ਚੈਨਲ ਰਚਨਾਵੀ ਟੀਵੀ ਕੋ ਸਬਸਕ੍ਰਾਈਬ ਕਰੇਂ